ਅੱਜ ਤੋਂ 37 ਸਾਲ ਪੁਰਾਣਾ ਐਗਰੀਮੈਂਟ। ਪਹਿਲਾਂ ਵਾਲੇ ਕਲਾਕਾਰ ਕਿੱਦਾਂ ਐਗਰੀਮੈਂਟ ਕਰਦੇ ਸੀ ਉਹ ਤੁਹਾਡੇ ਅੱਜ ਰੂਬਰੂ ਕਰਨ ਲੱਗਿਆ। ਇਹ ਐਗਰੀਮੈਂਟ ਸਰਦਾਰ ਅਮਨ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦਾ ਹੈ। ਬਹੁਤ ਹਿੱਟ ਜੋੜੀ ਸੀ, ਕਹਿੰਦੇ ਦਿਨ 'ਚ ਤਿੰਨ ਤਿੰਨ ਪ੍ਰੋਗਰਾਮ ਪੈਂਦੇ ਸੀ ਇਹਨਾਂ ਨੂੰ, ਅਤੇ ਲੋਕ ਕਹਿੰਦੇ ਵੀ ਡੇਢ ਡੇਢ ਸਾਲ ਵਿਆਹ ਨਹੀਂ ਕਰਦੇ ਸੀ ਵੀ ਭਾਈ ਥੋਤੋਂ ਪੁੱਛ ਕੇ ਤਰੀਕ ਰੱਖਾਂਗੇ, ਅਤੇ ਇੰਨੀ ਹਿੱਟ ਜੋੜੀ ਸੀਗੀ। 9/2/1986 ਜਾਣੀ 37 ਸਾਲ ਪੁਰਾਣਾ ਐਗਰੀਮੈਂਟ ਹੈ। ਇਕੱਲੀ ਇਕੱਲੀ ਲਾਈਨ ਪੜ੍ਹ ਕੇ ਤੁਹਾਨੂੰ ਸੁਣਾਵਾਂਗੇ ਵੀ ਕਿਵੇਂ ਕਿਵੇਂ ਹੁੰਦਾ ਸੀ ਨਾ। ਲੈ ਆਪਾਂ ਸ਼ੁਰੂ ਕਰਦੇ ਹਾਂ। ਚਮਕੀਲਾ ਅੱਜ ਕੱਲ੍ਹ ਫਿਲਮ ਵੀ ਚੱਲਦੀ ਹੈ ਨੈੱਟਫਲਿਕਸ 'ਤੇ, ਦਿਲਜੀਤ ਦੋਸਾਂਝ ਨੇ ਬਹੁਤ ਸੋਹਣਾ ਉਹ 'ਚ ਰੋਲ ਨਿਭਾਇਆ, ਅਤੇ ਪ੍ਰੀਤੀ ਚੋਪੜਾ ਨੇ ਅਮਰਜੋਤ ਦਾ ਨਿਭਾਇਆ, ਅਤੇ ਇਮਤਾਜ ਅਲੀ ਦੀ ਅਗਵਾਈ ਹੇਠ ਇਹ ਫਿਲਮ ਬਣੀ ਹੈ। ਸਰਦਾਰ ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ 5 1 'ਤੇ ਪ੍ਰੋਗਰਾਮ ਦੀ ਮਿਤੀ 14/3/1986, ਸਮਾਂ 12 ਬਰਾਤ, ਵੀ 12 ਬਰਾਤ ਆ ਉਹਦੀ। 3 'ਤੇ ਲਿਖਿਆ ਵੀ ਬੁੱਕਰ ਬੰਨਾਲ ਦਾ ਨਾਮ ਬਹਾਦਰ ਸਿੰਘ ਸਨ ਆਫ ਜਗੀਰ ਸਿੰਘ, ਅਤੇ 4 'ਤੇ ਜਿੱਥੋਂ ਬਰਾਤ ਜਾਣੀ ਹੈ ਪੱਖੋ ਕਲਾਂ, ਆਹ ਬਰਨਾਲੇ ਕੋਲ ਹੀ ਹੈ ਜੀ ਪੱਖੋ ਕਲਾਂ, ਜਿੱਥੇ ਪੁੱਜਣੀ ਹੈ ਕੋਟ ਧਰਮ, ਜਿੱਥੋਂ ਜਾਣੀ ਹੈ ਉਹ ਪੱਖੋ ਕਲਾਂ, ਜਿੱਥੇ ਪੁੱਜਣੀ ਹੈ ਉਹ ਕੋਟ ਧਰਮ। ਤੈਅ ਕੀਤੀ ਰਕਮ 4300 ਰੁਪਈਆ, ਬੱਲੇ ਬੱਲੇ ਬੱਲੇ, ਉਹਨਾਂ ਦਿਨਾਂ 'ਚ 4300 ਬਹੁਤ ਵੱਡੀ ਗੱਲਬਾਤ ਹੈ, ਵੀ ਜਿਵੇਂ ਅੱਜ ਵਾਲੇ ਸੁਪਰ ਡੁਪਰ ਹਿੱਟ ਨੇ ਕਲਾਕਾਰ ਵੀ ਉਹ ਲੈਂਦੇ ਆ, ਉਹਦੇ ਹਿਸਾਬ ਨਾਲ ਲੈਂਦਾ ਸੀ 4300, ਬਹੁਤ ਵੱਡੀ ਗੱਲ ਹੈ। ਵੈਸੇ 4500 ਰੱਖਿਆ ਸੀ, ਚਲੋ ਕਈ ਵਾਰ ਬੰਦਾ ਹੈ ਨਾ ਵੀ ਅਪ ਡਾਊਨ ਹੋ ਜਾਂਦਾ, ਇੰਨਾ ਕੁ ਮੰਗਦੀ ਹੁੰਦੀ ਹੈ ਜੇ 10 ਮੰਗਿਆ ਕਲਾਕਾਰ ਨੇ ਤਾਂ ਉੱਠ 'ਚ ਆ ਜਾਂਦਾ ਉਹ। ਤੈਅ ਕੀਤੀ ਰਕਮ 4300 ਰੁਪਏ, ਅਤੇ ਸਾਈ ਐਡਵਾਂਸ 200 ਰੁਪਈਆ, ਜਾਣੀ ਬਾਕੀ ਰਹਿ ਗਿਆ 7 'ਤੇ 4300 ਰੁਪਏ ਸਟੇਜ ਸ਼ੁਰੂ ਹੋਣ ਤੋਂ ਪਹਿਲਾਂ ਲੈ ਜਾਣਗੇ। ਸਟੇਜ ਪ੍ਰੋਗਰਾਮ 2 ਪੇਸ਼ ਕੀਤਾ ਜਾਵੇਗਾ, ਠੀਕ ਹੈ ਜੀ। ਹੁਣ ਆਪਾਂ 9 'ਤੇ ਆ ਜਾਓ, ਕਿਸੇ ਤਰ੍ਹਾਂ ਦੀ ਗੜਬੜ ਨੂੰ ਰੋਕਣ ਦੀ ਜ਼ਿੰਮੇਵਾਰੀ ਪ੍ਰੋਗਰਾਮ ਕਰਾਉਣ ਵਾਲਿਆਂ ਉੱਤੇ ਹੋਵੇਗੀ। ਜਿਹੜੇ ਬੰਦੇ ਪ੍ਰੋਗਰਾਮ ਕਰਨਗੇ, ਕੋਈ ਵੀ ਜੇ ਗੜਬੜ ਹੁੰਦੀ ਹੈ ਲੜਾਈ ਝਗੜੇ, ਤਾਂ ਤੁਹਾਨੂੰ ਪਤਾ ਵੀ ਸ਼ੁਰੂ ਤੋਂ ਹੁੰਦੇ ਆਏ ਹਨ ਵਿਆਹਾਂ 'ਚ, ਪਹਿਲਾਂ ਵੀ ਹੁੰਦੇ ਸੀ, ਹੁਣ ਵੀ ਹੁੰਦੇ ਆ, ਹੁਣ ਥੋੜ੍ਹੇ ਜਿਹੇ ਚਲੋ ਸਿਆਣੇ ਹੋ ਗਏ ਲੋਕ, ਲੋਕ ਤਾਂ ਪਹਿਲਾਂ ਵੀ ਸਿਆਣੇ ਸੀ, ਪਰ ਹੋ ਜਾਂਦਾ ਹੈਗਾ। ਮੀਂਹ ਹਨੇਰੀ ਜਾਂ ਹੋਰ ਕਿਸੇ ਕਾਰਨ ਆਰਟਿਸਟ ਤੈਅ ਕੀਤੀ ਰਕਮ ਲੈਣ ਦੇ ਹੱਕਦਾਰ ਹੋਵੇਗਾ, ਹੋਣਗੇ ਹੈ ਨਾ। ਮੀਂਹ ਆ ਗਿਆ, ਹਨੇਰੀ ਆ ਗਈ ਜਾਂ ਹੋਰ ਕੋਈ ਕਾਰਨ ਹੋ ਗਿਆ, ਤਾਂ ਉਹ ਤੈਅ ਕੀਤੀ ਰਕਮ ਕਲਾਕਾਰ ਨੂੰ ਦੇਣੀ ਪੈਣੀ ਹੈ। ਅਤੇ ਅੱਗੇ ਆ ਜਾਓ ਜੀ, ਇਹ ਤਾਂ ਹੋ ਗਿਆ ਓਕੇ। ਫਿਰ ਆਪਾਂ 11 'ਤੇ ਆ ਜਾਓ, ਗੱਡੀ ਦੀ ਖਰਾਬੀ ਜਾਂ ਬਿਮਾਰੀ ਕਾਰਨ ਨਾ ਪੁੱਜਣ 'ਤੇ ਆਰਟਿਸਟ ਜਵਾਬ ਦੇ ਨਹੀਂ ਹੋਣਗੇ, ਠੀਕ ਹੈ ਜੀ, ਬੰਦਾ ਸੇਫ ਹੋ ਗਿਆ ਇੱਥੇ ਨਾ। 12 'ਤੇ ਆ ਜਾਓ ਜੀ, ਲਾਊਡ ਸਪੀਕਰ ਤੋਂ ਬਿਨਾਂ ਪ੍ਰੋਗਰਾਮ ਨਹੀਂ ਹੋਵੇਗਾ, ਠੀਕ ਹੈ ਜੀ। 13 'ਤੇ ਕਿਸੇ ਕਿਸਮ ਦੇ ਝਗੜੇ ਦਾ ਫੈਸਲਾ ਲੁਧਿਆਣਾ ਕਚਹਿਰੀ ਵਿੱਚ ਹੋਵੇਗਾ। ਪੁਆਇੰਟ ਦੀ ਗੱਲ ਹੈ, ਮੰਨ ਲਓ ਕੋਟ ਧਰਮ ਬਰਾਤ ਗਈ ਹੈ, ਉੱਥੇ ਕੋਈ ਲੜਾਈ ਝਗੜਾ ਹੋ ਗਿਆ, ਉਦੋਂ ਬਾਅਦ ਪਾਤੜਾ ਗਈ ਹੈ, ਸੰਗਰੂਰ ਗਈ ਹੈ, ਕਿਤੇ ਵੀ ਲਾ ਲਓ ਆਪਾਂ ਤਰਨ ਤਾਰਨ ਗਈ ਹੈ, ਤਾਂ ਇਹਦਾ ਮਤਲਬ ਉੱਥੇ ਥੋੜ੍ਹਾ ਪੇਸ਼ੀਆਂ ਭੁਗਤਣ ਜਾਊਗਾ ਚਮਕੀਲਾ। ਉਹ ਕਹਿੰਦਾ ਵੀ ਨਹੀਂ, ਕਿਸੇ ਕਿਸਮ ਦਾ ਜੇ ਝਗੜੇ ਦਾ ਫੈਸਲਾ ਲੁਧਿਆਣਾ ਕਚਹਿਰੀ ਵਿੱਚ ਹੋ ਗਿਆ, ਕਿਉਂਕਿ ਦੁਗਰੀ ਨੇੜੇ ਪੈਂਦਾ ਅਤੇ ਲੁਧਿਆਣੇ ਉਹਨਾਂ ਦਾ ਦਫ਼ਤਰ ਸੀਗਾ। ਅੱਗੇ ਆ ਜਾਓ, ਸਪੈਸ਼ਲ ਇਨਾਮ ਅਤੇ ਆਨੰਦ ਕਾਰਜ ਦੇ ਇਨਾਮ ਕਲਾਕਾਰ ਦੇ ਹੋਣਗੇ, ਠੀਕ ਹੈ ਜੀ। ਉਹਨਾਂ ਟਾਈਮ ਜਿਹੜੀ ਜੋ ਵੀ ਹੁੰਦਾ ਹੈ ਨਾ, ਉੱਤੋਂ ਦੀ ਤਾਂ ਅੱਜ ਵੀ ਖੜਦੇ ਚਲੋ। ਕਲਾਕਾਰ ਨਿਯਤ ਸਮੇਂ ਤੋਂ ਸਿਰਫ 1/2 ਉਡੀਕਣਗੇ, ਜਾਣੀ 12 ਦਾ ਟਾਈਮ ਹੈ। ਜੇ ਤੁਸੀਂ ਨੇ ਬਰਾਤ ਲੇਟ ਕਰਤੀ, 12:30 ਸ਼ੁਰੂ ਕਰੂਗਾ ਅਗਲਾ, ਚਾਹੇ ਜੋ ਵੀ ਅਗਲੇ ਨੇ ਮੁੜਨਾ ਹੁੰਦਾ ਹੈ ਨਾ। ਉਦੋਂ ਬਾਅਦ ਕੀ ਹੋ ਗਿਆ ਜੀ, ਸਟੇਜ ਤੋਂ ਚਾਨਣੀ ਲਗਵਾਉਣੀ ਜ਼ਰੂਰੀ ਹੋਵੇਗੀ ਸਟੇਜ 'ਤੇ, ਇਹ ਵੀ ਚਲੋ ਠੀਕ ਹੈ, ਗੁੱਡ ਹੈ। ਐਡਵਾਂਸ ਵਾਪਸ ਨਹੀਂ ਹੋਵੇਗਾ, ਇਹ ਨਹੀਂ ਹੁੰਦਾ ਹੁੰਦਾ, ਮੈਨੂੰ ਦੇਖਿਆ ਕਲਾਕਾਰਾਂ 'ਚ ਰਹਿੰਦੇ ਆਪਾਂ। ਐਡਵਾਂਸ 500 ਰੁਪਏ ਤੋਂ ਘੱਟ ਨਹੀਂ ਕੀਤਾ ਜਾਵੇਗਾ, ਚਲੋ ਉਹਨਾਂ ਨੇ 200 ਲਿਖਤਾ ਹੋ ਜਾਂਦਾ ਅਪ ਡਾਊਨ, ਤਾਂ ਚਲੋ ਮੇਜ਼ਬਾਨਾਂ ਦੇ ਸੌਦੇ ਨੇ। ਉਪਰੋਕਤ
ਲਿਖਤ ਮੁਤਾਬਕ ਪ੍ਰੋਗਰਾਮ ਪੱਕਾ ਹੋਇਆ। ਠੀਕ ਹੈ ਜੀ। ਫਿਰ ਇਹਨਾਂ ਨੇ ਸਾਈਨ ਲਿੱਤੇ, ਜਿਹੜਾ ਬੰਦਾ ਪੁੱਤਰ ਗਏ ਬਹਾਦਰ ਸਿੰਘ ਬੁੱਕ ਕਰਨ ਵਾਲੇ ਦੇ ਦਸਤਖਤ ਆ ਰਹੇ। ਠੀਕ ਹੈ ਜੀ। ਇੱਧਰ ਪੂਰਾ ਸਟੇਜ ਸ਼ਕਤੀ ਕਿਹੜਾ ਸੀਗਾ? ਸੋਰੀ ਲਓ ਜੀ, ਨੰਬਰਦਾਰ ਸੀ ਸ਼ਾਇਦ, ਹੈ ਨਾ, ਜਵੰਦਾ ਜਾਂ ਪਤਾ ਨਹੀਂ ਨੋਟੀ ਜਵੰਦਾ ਪਤਾ ਕੀ ਉਹ ਸੋਰੀ ਪੁਰਾਣਾ ਕਰਕੇ ਇਹਦਾ ਨੰਬਰਦਾਰ ਸ਼ੌਰਟ 'ਚ ਪਤਾ। ਆਰਟ ਐਕਟ ਜਾਂ ਸੈਕਟਰੀ ਦੇ ਦਸਤਖਤ ਆਹ ਹੋ ਗਏ ਜੀ। ਲਓ ਜੀ, ਇਹ ਹੋ ਗਿਆ ਐਗਰੀਮੈਂਟ, ਤੁਹਾਨੂੰ ਦਿਖਾਤਾ। ਇਹ ਸਰਦਾਰ ਅਮਰ ਸਿੰਘ ਚਮਕੀਲੇ ਦਾ, ਬੀਬਾ ਅਮਰਜੀਤ ਕੌਰ ਦਾ ਇਹ ਸੀਗਾ ਐਗਰੀਮੈਂਟ। ਅਤੇ ਅੱਜ ਕੱਲ੍ਹ ਫਿਲਮ ਵੀ ਚੱਲਦੀ ਹੈ ਨੈੱਟਫਲਿਕਸ 'ਤੇ ਚਮਕੀਲਾ ਦੀ। ਅਤੇ ਵੱਡੀ ਗੱਲ ਤਾਂ ਇਹ ਵੀ ਦਲਜੀਤ ਨੇ ਬਿਲਕੁਲ ਡਿਟੋ ਕਾਪੀ ਹਾਂ ਰੋਲ ਨਿਭਾਇਆ, ਜਿਵੇਂ ਜਿੱਥੇ ਡਿੱਗਿਆ ਸੀ ਚਮਕੀਲਾ ਮੌਤ ਦੇ ਸਮੇਂ, ਜੋ ਉਹਨੇ ਐਕਸ਼ਨ ਕਰਦਾ ਸੀ, ਜਿੱਦਾਂ ਤੂੰ ਵੀ ਵਜਾਉਂਦਾ ਸੀ, ਅਮਰਜੋਤ ਨੇ ਵੀ ਉਵੇਂ, ਮਤਲਬ ਪ੍ਰੀਤੀ ਚੋਪੜਾ ਨੇ ਵੀ ਅਮਰਜੋਤ ਦਾ ਉੱਦਾਂ ਹੀ ਸੀਨ ਜਮ੍ਹਾਂ ਕਰਿਆ, ਮਿਹਨਤ ਕੀਤੀ ਹੈ ਨਾ, ਬਹੁਤ ਵੱਡੀ ਗੱਲਬਾਤ ਹੈ। ਪਹਿਲਾਂ ਵੀ ਫਿਲਮ ਆਈ ਸੀ ਜੋੜੀ, ਪਰ ਐਂ ਸੀਗਾ ਵੀ ਨਹੀਂ ਯਾਰ ਜੋੜੀ 'ਚ ਨਹੀਂ ਗੱਲ ਨਹੀਂ ਬਣਨੀ, ਕਿਉਂਕਿ ਪੰਜਾਬ ਬਾਰੇ ਦਲਜੀਤ ਕਹਿੰਦਾ ਸੀ ਜਿੰਨਾ ਸਾਨੂੰ ਪਤਾ ਚਮਕੀਲੇ ਬਾਰੇ, ਆ ਹਿੰਦੀ ਵਾਲਿਆਂ ਨੂੰ ਕਿੱਥੇ ਪਤਾ ਹੋਣਾ, ਪਰ ਹਿੰਦੀ ਵਾਲਿਆਂ ਦੀ ਮਿਹਨਤ ਨੂੰ ਵੀ ਸਲਾਮ ਹੈ। ਇਹ ਐਗਰੀਮੈਂਟ ਹੈ ਜੀ, ਤੁਹਾਡੇ ਰੂਬਰੂ ਕੀਤਾ, ਕਈਆਂ ਨੂੰ ਨਹੀਂ ਪਤਾ ਹੋਣਾ, ਚਲੋ ਹੈ ਨਾ, ਜ਼ਰੂਰੀ ਨੌਲੇਜ ਜ਼ਰੂਰੀ ਸੀ ਪਿਛਲੇ ਜਿਹੜੇ ਕਲਾਕਾਰ ਕਿੱਦਾਂ ਐਗਰੀਮੈਂਟ ਕਰਦੇ ਸੀ। ਤੁਹਾਨੂੰ ਇਹ ਇਨਫੋਰਮੇਸ਼ਨ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਫਿਲਮ ਦੇ ਬਾਰੇ ਤੁਹਾਡੀ ਕੀ ਸੋਚ ਹੈ ਉਹ ਵੀ ਜ਼ਰੂਰ ਸਾਂਝੀ ਕਰਿਓ। ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ, ਉਦੋਂ ਤੱਕ ਜੁੜੇ ਰਹੋ ਚੈਨਲ PMA ਨਿਊਜ਼ ਦੇ ਨਾਲ।